ਆਹ ਦਹਨ ਪਟਿਆਲਾ ਜੇਲ੍ਹ ਦੇ ਵਿੱਚ ਇਕੱਠੇ ਹੋਏ ਨੇ ਦਲੇਰ ਮਹਿੰਦੀ ਔਰ ਨਵਜੋਤ ਸਿੰਘ ਸਿੱਧੂ ਤਾਂ ਇੱਕੋ ਬੈਰਕ ਦੇ ਵਿੱਚ ਬੰਦ ਔਰ ਇਹ ਜੋੜੀ ਪਟਿਆਲਾ ਜੇਲ੍ਹ ਦੇ ਵਿੱਚ ਇਕੱਠੀ ਹੋਈ ਹੈ ਤੁਸੀਂ ਦਲੇਰ ਮਹਿੰਦੀ ਔਰ ਨਵਜੋਤ ਸਿੱਧੂ ਨੂੰ ਟੀਵੀ ਸ਼ੋਅਸ ਤੇ ਕਈ ਵਾਰ ਦੇਖਿਆ ਹੋਏਗਾ ਕਪਿਲ ਸ਼ਰਮਾ ਸ਼ੋਅ ਤੇ ਕਈ ਵਾਰ ਸਟੇਜ ਸਾਂਝਾ ਕਰਦੇ ਵੀ ਦੇਖਿਆ ਹੋਏਗਾ ਪਰ ਉਹਨੇ ਸਾਫ ਦਾ ਕ੍ਰਿਕਟਰ ਔਰ ਸਿਆਸਤਦਾਨ ਔਰ ਗਾਇਕ ਦਲੇਰ ਮਹਿੰਦੀ ਦੀ ਜੋੜੀ ਪਟਿਆਲਾ ਜੇਲ੍ਹ ਦੇ ਵਿੱਚ ਪੜਨੀ ਇੱਕੋ ਬੈਗ ਦੇ ਵਿੱਚ ਬੰਦ ਨੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸਜ਼ਾ ਹੁਣ ਤੋਂ ਬਾਅਦ ਦਲੇਰ ਮਹਿੰਦੀ ਕਾਫੀ ਮਾਇੂਸ ਨਜ਼ਰ ਆਂਦੇ ਨੇ ਔਰ ਜਦੋਂ ਪਟਿਆਲਾ ਜੇਲ੍ਹ ਦੇ ਵਿੱਚ ਨਵਜੋਤ ਸਿੱਧੂ ਨੂੰ ਮਿਲਦੇ ਨੇ ਤਾਂ ਨਵਜੋਤ ਸਿੱਧੂ ਇਹਨਾਂ ਦੀ ਹੌਸਲਾ ਅਫਜ਼ਾਈ ਵੀ ਕਰਦੇ ਨੇ ਹੌਸਲਾ ਦਿੰਦੇ ਦਿਖਾਈ ਦਿੰਦੇ ਨੇ ਨਵਜੋਤ ਸਿੱਧੂ ਤਾਂ ਟੀਵੀ ਸ਼ੋਅਸ ਤੋਂ ਬਾਅਦ ਹੁਣ ਜੇਲ੍ਹ ਦੇ ਵਿੱਚ ਇਕੱਠੇ ਨਜ਼ਰ ਆ ਰਹੀ ਹੈ ਇਹ ਦੋਵਾਂ ਦੀ ਜੋੜੀ ਦਲੇਰ ਮਹਿੰਦੀ ਔਰ ਨਵਜੋਤ ਸਿੱਧੂ ਦੋਨਾਂ ਨੂੰ ਇੱਕੋ ਹੀ ਬੈਰਕ ਦੇ ਵਿੱਚ ਰੱਖਿਆ ਗਿਆ ਹੈ ਸਾਬਕਾ ਕ੍ਰਿਕਟਰ ਤੇ ਪੰਜਾਬੀ ਗਾਇਕ ਦੇ ਵਿੱਚ ਪੁਰਾਣੀ ਦੋਸਤੀ ਵੀ ਦੱਸੀ ਜਾਂਦੀ ਹੈ ਤਾਂ ਪੰਜਾਬ ਦੇ ਪਟਿਆਲਾ ਦੀ ਜੇਲ੍ਹ ਦੇ ਵਿੱਚ ਸਾਬਕਾ ਕ੍ਰਿਕਟਰ ਤੇ ਕਾਂਗਰਸ ਨੇਤਾ ਨਵਜੋਤ ਸਿੱਧੂ ਤੇ ਪੰਜਾਬੀ ਗਾਇਕ ਦਲੇਰ ਮਹਿੰਦੀ ਦੀ ਜੋੜੀ ਬੰਦੀ ਹੋਈ ਦਿਖਾਈ ਦੇ ਰਹੀ ਹੈ ਦੋਨਾਂ ਨੂੰ ਇੱਕੋ ਹੀ ਬੈਰਕ ਦੇ ਵਿੱਚ ਰੱਖਿਆ ਗਿਆ ਹੈ ਸਿੱਧੂ ਤੇ ਦਲੇਰ ਮਹਿੰਦੀ ਪੁਰਾਣੇ ਦੋਸਤ ਵੀ ਨੇ ਕਈ ਟੀਵੀ ਸ਼ੋਅਸ ਦੇ ਵਿੱਚ ਇਕੱਠੇ ਹੋਏ ਨੇ ਸਜ਼ਾ ਮਿਲਣ ਤੋਂ ਬਾਅਦ ਦਲੇਰ ਮਹਿੰਦੀ ਕਾਫੀ ਮਾਇੂਸ ਨਜ਼ਰ ਆ ਰਹੇ ਨੇ ਜੇਲ੍ਹ ਦੇ ਵਿੱਚ ਸਿੱਧੂ ਨਾਲ ਗੱਲ ਕਰਕੇ ਨਵਜੋਤ ਸਿੰਘ ਸਿੱਧੂ ਨੇ ਉਹਨਾਂ ਦਾ ਹੌਸਲਾ ਵੀ ਵਧਾਇਆ ਤਾਂ ਤੁਹਾਨੂੰ ਦੱਸਦੇ ਕਿ ਨਵਜੋਤ ਸਿੱਧੂ ਰੋਡਰੇਜ ਮਾਮਲੇ ਦੇ ਵਿੱਚ ਸਜ਼ਾ ਕੱਟ ਰਹੇ ਨੇ 34 ਸਾਲ ਪੁਰਾਣਾ ਰੋਡਰੇਜ ਮਾਮਲਾ ਜਿਸ ਦੇ ਵਿੱਚ 1 ਸਾਲ ਦੀ ਸਜ਼ਾ ਹੋਈ ਹੈ ਨਵਜੋਤ ਸਿੱਧੂ ਨੂੰ ਪਹਿਲੇ ਸਿਰਫ ਜੁਰਮਾਨਾ ਲਗਾ ਕੇ ਛੱਡ ਦਿੱਤਾ ਗਿਆ ਸੀ ਉਸ ਤੋਂ ਬਾਅਦ ਪੀੜਤ ਪਰਿਵਾਰ ਨੇ ਇਹਨਾਂ ਦੇ ਖਿਲਾਫ ਪਟੀਸ਼ਨ ਦਾਖਲ ਕੀਤੀ ਜਿਸ ਤੋਂ ਬਾਅਦ ਸੁਪਰੀਮ ਕੋਰਟ ਨੇ ਫੈਸਲਾ ਬਦਲਦੇ ਹੋਏ 1 ਸਾਲ ਦੀ ਕੈਦ ਸੁਣਾ ਦਿੱਤੀ ਉਸ ਤੋਂ ਬਾਅਦ ਪਟਿਆਲਾ ਜੇਲ੍ਹ ਦੇ ਵਿੱਚ ਬੰਦ ਨੇ ਨਵਜੋਤ ਸਿੰਘ ਸਿੱਧੂ ਔਰ ਹਾਲ ਹੀ ਦੇ ਵਿੱਚ ਦਲੇਰ ਮਹਿੰਦੀ ਨੂੰ ਵੀ ਸਜ਼ਾ ਹੋਈ ਹੈ ਦਲੇਰ ਮਹਿੰਦੀ ਨੂੰ ਕਬੂਤਰਬਾਜ਼ੀ ਕੇਸ ਦੇ ਵਿੱਚ ਸਜ਼ਾ ਹੋਈ ਹੈ ਦਲੇਰ ਮਹਿੰਦੀ ਨੂੰ ਕਬੂਤਰਬਾਜ਼ੀ ਜੀ ਯਾਨੀ ਕਿ ਮਾਨਵ ਤਸਕਰੀ ਕੇਸ ਦੇ ਵਿੱਚ ਸਜ਼ਾ ਹੋਈ ਹੈ 2003 ਦਾ ਇਹ ਮਾਮਲਾ ਹੈ ਉਹਨਾਂ ਦੇ 10 ਲੋਕਾਂ ਦੀ ਟੀਮ ਦਾ ਮੈਂਬਰ ਬਣਾ ਕੇ ਗਲਤ ਤਰੀਕੇ ਦੇ ਨਾਲ ਅਮਰੀਕਾ ਲੈ ਕੇ ਜਾਣ ਦਾ આરોਪ ਲਗਾਇਆ ਗਿਆ ਕੇਸ ਉਹਨਾਂ ਦੇ ਵੱਡੇ ਭਰਾ ਸ਼ਮਸ਼ੇਰ ਸਿੰਘ ਤੇ ਦਰਜ ਹੋਇਆ ਲੇਕਿਨ ਬਾਅਦ ਦੇ ਵਿੱਚ ਦਲੇਰ ਨੂੰ ਵੀ ਨਾਮਜ਼ਦ ਕਰ ਦਿੱਤਾ ਗਿਆ 2018 ਦੇ ਵਿੱਚ ਟ੍ਰਾਇਲ ਕੋਰਟ ਨੇ 2 ਸਾਲ ਦੀ ਸਜ਼ਾ ਸੁਣਾ ਦਿੱਤੀ ਸੀ ਪਰ ਇਹਨਾਂ ਦੇ ਖਿਲਾਫ ਪਟਿਆਲਾ ਦੀ ਸੈਸ਼ਨ ਕੋਰਟ ਚਲੇ ਜਾਂਦੇ ਨੇ ਕੋਰਟ ਨੇ ਸਜ਼ਾ ਬਰਕਰਾਰ ਰੱਖੀ ਜਿਸ ਤੋਂ ਬਾਅਦ ਪਟਿਆਲਾ ਜੇਲ ਇਹਨਾਂ ਨੂੰ ਭੇਜ ਦਿੱਤਾ ਗਿਆ ਤਾਂ ਨਵਜੋਤ ਸਿੰਘ ਸਿੱਧੂ ਔਰ ਦਲੇਰ ਮਹਿੰਦੀ ਦੀ ਜੋੜੀ ਜਿਨ੍ਹਾਂ ਨੂੰ ਤੁਸੀਂ ਕਪਿਲ ਸ਼ਰਮਾ ਸ਼ੋਅ ਦੇ ਵਿੱਚ ਵੀ ਕਈ ਵਾਰ ਸਟੇਜ ਸਾਂਝਾ ਕਰਦੇ ਹੋਏ ਦੇਖਿਆ ਦੋਵਾਂ ਦੀ ਪੁਰਾਣੀ ਦੋਸਤੀ ਵੀ ਦੱਸੀ ਜਾਂਦੀ ਹੈ ਤੇ ਹੁਣ ਟੀਵੀ ਸ਼ੋਅਸ ਤੋਂ ਬਾਅਦ ਜੇਲ੍ਹ ਦੇ ਵਿੱਚ ਇਹਨਾਂ ਦੀ ਜੋੜੀ ਬਣੀ ਹੈ ਤੇ ਇੱਕੋ ਬੈਰਕ ਦੇ ਵਿੱਚ ਬੰਨੇ ਪਟਿਆਲਾ ਜੇਲ੍ਹ ਦੇ ਵਿੱਚ ਪਹਿਲੇ ਨਵਜੋਤ ਸਿੰਘ ਸਿੱਧੂ ਨੂੰ ਰੱਖਿਆ ਜਾਂਦਾ ਹੈ ਸਜ਼ਾ ਕੱਟ ਰੇ ਨੇ ਨਵਜੋਤ ਸਿੰਘ ਸਿੱਧੂ ਔਰ ਉਸ ਤੋਂ ਬਾਅਦ ਉਸੇ ਜੇਲ੍ਹ ਦੇ ਵਿੱਚ ਪਹੁੰਚੇ ਨੇ ਦਲੇਰ ਮਹਿੰਦੀ ਤਾਂ ਨਵਜੋਤ ਸਿੰਘ ਸਿੱਧੂ 1 ਸਾਲ ਦੀ ਸਜ਼ਾ ਕੱਟ ਰਹੇ ਨੇ ਔਰ ਦਲੇਰ ਮਹਿੰਦੀ 2 ਸਾਲ ਦੀ ਸਜ਼ਾ ਦਲੇਰ ਮਹਿੰਦੀ ਨੂੰ ਹੋਈ ਔਰ ਹੁਣ ਇਹਨਾਂ ਦੀ ਜੋੜੀ ਟੀਵੀ ਸ਼ੋਅਸ ਤੋਂ ਬਾਅਦ ਜੇਲ੍ਹ ਦੇ ਵਿੱਚ ਨਜ਼ਰ ਆ ਰਹੀ ਹੈ